ਮੈਂ ਇਕਵਾਲ ਸਿੰਘ ਬਾਲੀ ਸ਼੍ਰੀ ਚਮਕੌਰ ਸਾਹਿਬ ਤੋਂ ਮੈਂ ਖੜਾ ਚਮਕੌਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਸੁਰਤਾਪੁਰ ਜਿੱਥੇ ਕਿ ਬੁਦਕੀ ਨਦੀ ਦੇ ਵੱਲੋਂ ਇੱਕ ਗੁੱਜਰ ਪਰਿਵਾਰ ਜੋ ਕਿ ਇੱਥੇ ਕਈ ਸਾਲਾਂ ਤੋਂ 15-20 ਸਾਲਾਂ ਤੋਂ ਰਹਿ ਰਿਹਾ ਸੀ ਜਿਸ ਵੱਲੋਂ ਇੱਕ ਸੈਂਕੜੇ ਨਹੀਂ ਸੈਂਕੜੇ ਤੀ ਤਦਾਦ ਵਿੱਚ ਮੱਝਾਂ ਪਾਲੀਆਂ ਜਾ ਰਹੀਆਂ ਤੇ ਲੱਖਾਂ ਰੁਪਏ ਦੇ ਸ਼ੈੱਡ ਬਣਾਏ ਹੋਏ ਸੀ ਮੱਝਾਂ ਗਾਵਾਂ ਦੇ ਰੱਖਣ ਲਈ ਤੇ ਤਿੰਨ ਭਰਾ ਇੱਥੇ ਰਹਿ ਰਹੇ ਸੀ ਜੋ ਕਿ ਬੀਤੇ ਦਿਨ ਭਾਰੀ ਮੀਂਹ ਪੈਣ ਦੇ ਨਾਲ ਇਹ ਸ਼ੈੱਡ ਹੜ ਗਏ ਤੇ ਇਹ ਘਰੋਂ ਵੇਕਰ ਇਹਨਾਂ ਦੀਆਂ ਮੱਝਾਂ ਹੋ ਚੁੱਕੀਆਂ ਮੈਂ ਦਿਖਾਵਾਂਗਾ ਇਹ ਸ਼ੈੱਡ ਇਧਰੋਂ ਜੋ ਕਿ ਪਾੜ ਪੈਣ ਨਾਲ ਤੁਸੀਂ ਦੇਖ ਸਕਦੇ ਹੋ ਕਿੱਡਾ ਪਾੜ ਇਹ ਨਦੀ ਦੇ ਵਿੱਚ ਪਿਆ ਹੋਇਆ ਤੁਹਾਨੂੰ ਹੋਰ ਕੈਮਰਾਮੈਨ ਕਹੂੰਗਾ ਨੇੜੇ ਆ ਕੇ ਇਹ ਦਿਖਾਉਣ ਵੀ ਇਹ ਜਿਹੜੀ ਕਿਸਾਨਾਂ ਦੀ ਜ਼ਮੀਨ ਵੀ ਹੜ ਚੁੱਕੀ ਗੁੱਜਰ ਪਰਿਵਾਰ ਦਾ ਤਾਂ ਜੋ ਨੁਕਸਾਨ ਹੋਇਆ ਸਿਰਫ 1 ਏਕੜ ਹੋਇਆ ਇੱਥੇ ਸੈਂਕੜੇ ਹੀ ਕਿਸਾਨ ਜਿਨ੍ਹਾਂ ਦੀ ਰੋਜੀ ਰੋਟੀ ਪਾਣੀ ਦੇ ਵਿੱਚ ਛੜਦੀ ਦਿਖਾਈ ਦਿੱਤੀ ਹੈ 15 ਤੋਂ 20 ਫੁੱਟ ਜ਼ਮੀਨ ਜੋ ਕਿ ਪਾਣੀ ਦੇ ਵਿੱਚ ਹੜ ਚੁੱਕੀ ਹੈ ਤੇ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਕਿਸਾਨ ਘਰ ਤੋਂ ਬੇਕਾਰ ਹੋ ਗਏ ਤੇ ਗੁੱਜਰ ਪਰਿਵਾਰਾਂ ਵੱਲੋਂ ਜੋ 200 ਦੇ ਕਰੀਬ ਮੱਝਾਂ ਨੂੰ ਲੈ ਕੇ ਇੱਥੇ ਛੱਡ ਪਾਏ ਸੀ ਤਕਰੀਬਨ 30 30 50 50 150 ਫੁੱਟ ਦੇ ਤਿੰਨ ਛੱਡ ਪਾਏ ਹੋਏ ਸੀ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਵੀ ਇਹਨਾਂ ਦਾ ਕਿੰਨਾ ਨੁਕਸਾਨ ਹੋਇਆ ਤੇ ਕਿੰਨੇ ਸਾਲ ਤੋਂ ਤੁਸੀਂ ਰਹਿੰਦੇ ਆ ਬਾਈ ਜੀ ਕਿੰਨੇ ਸਾਲ ਤੋਂ ਰੇ ਰਹੇ ਆ ਕੀ ਇਨਸਾਨ ਆ ਤੁਹਾਡਾ ਅਸੀਂ 20 ਤੋਂ 22 ਸਾਲ ਹੋ ਗਏ ਮੈਨੂੰ ਇੱਥੇ ਰਹਿੰਦੇ ਨੂੰ ਤੇ ਤਿੰਨ ਛੱਡ ਮੈਂ ਬਣਾਏ ਸੀ 200 ਮੈਂ ਇਸ ਵਾਸਤੇ ਜੀ ਜਿਹੜਾ ਤਕਰੀਬਨ ਮੇਰਾ 12-15 ਲੱਖ ਰੁਪਏ ਦਾ ਮਤਲਬ ਜੋ ਵੀ ਮਾਲ ਮੀਟੀ ਹੈ ਉਹਨਾਂ ਨੂੰ ਛੱਡਾਂ ਨੂੰ ਲੱਗਾ ਹੋ ਜਾਂਦਾ ਜੀ ਤੇ ਬਾਕੀ ਜ਼ਮੀਨ ਜਿਹੜੀ ਹੈ ਮੇਰੀ ਇੱਕ ਕੀਲਾ ਜਿਹੜੀ ਹੜ ਗਈ ਹੈ ਉਹ ਤਾਂ 15 ਫੁੱਟ ਪਾੜ ਪਾ ਗਈ ਨਦੀ ਜਮੀਨ ਦਾ ਨਿਸ਼ਾਨੀ ਨਹੀਂ ਰਿਹਾ ਪਰ ਸਾਡੇ ਰਹਿਣ ਵਾਸਤੇ ਡੰਗਰਾਂ ਨੂੰ ਰੱਖਣ ਵਾਸਤੇ ਜਗ੍ਹਾ ਵੀ ਨਹੀਂ ਰਹੀ ਤੇ ਛੱਡ ਤੇ ਰਹੇ ਹੀ ਨਹੀਂ ਇਹ ਕਿੰਨੇ ਸਾਲ ਪਹਿਲਾਂ ਤੁਸੀਂ ਕਿੰਨੇ ਦੀ ਲਈ ਸੀ ਇਹ ਜ਼ਮੀਨ ਮੈਂ ਜਿਹੜੀ ਹੈ 25 ਲੱਖ ਦੀ ਲਈ ਸੀ ਜੀ 25 ਲੱਖ ਕੀਲੇ ਦੇ ਹਿਸਾਬ ਨੂੰ ਜੀ ਸਨ 2004 ਦੇ ਵਿੱਚ ਜੀ ਤੇ ਉਸ ਤੋਂ ਬਾਅਦ ਛੱਡ ਪਣਾਈ ਸੀ ਮਕਾਨ ਤਾਂ ਬਨੇ ਬਣਾਏ ਮਿਲਗੇ ਸੀ ਮਾਲਕਾਂ ਤੋਂ ਹੀ ਜਿਹੜੇ ਇੱਥੇ ਰਹਿੰਦੇ ਸੀ ਪਹਿਲਾਂ ਜੀ ਤੇ ਛੱਡ ਮੈਂ ਆਪ ਬਣਾਈ ਸੀ ਡੰਗਰਾਂ ਵਾਸਤੇ ਛੱਡ ਜਿਹੜੇ ਬਣਾਏ ਨੇ ਉਹ ਮੈਂ ਇੱਕ ਛੱਡ ਜਿਹੜਾ ਸੀ 150 ਫੁੱਟ ਬਣਾਇਆ ਦਾ ਲੰਬਾਈ ਜੀ ਦੀ 1 ਦੀ 75 ਫੁੱਟ ਲੰਬਾਈ ਸੀ ਤੇ ਇੱਕ ਦੀ 65 ਫੁੱਟ ਲੰਬਾਈ ਸੀ ਉਹਨਾਂ ਦੀ ਚੜਾਈ ਵੀ 30 ਫੁੱਟ ਸੀ ਜਰ ਵਿੱਚ ਤੂੜੀ ਵੀ ਪਾਉਂਦੇ ਸੀ ਤੇ ਤੂੜੀ ਵੀ ਹੜ ਗਈ ਵਿੱਚ ਇੱਕ ਸੈਡੇਡਾ 150 ਫੁੱਟ ਭਰੇ ਆ ਸੀ ਉਹ ਤੂੜੀ ਦਾ ਭਰਿਆ ਸੀ ਉਸਨੇ ਤੂੜੀ ਵੀ ਆੜ ਗਈ ਮੇਰੀ ਕਿੱਦਾਂ ਨੂੰ ਕਿੰਨੀ ਦੂਰ ਤਖਤੀ ਤੁਸੀਂ ਇਸ਼ਾਰਾ ਕਰਕੇ ਦਿਖਾਉਗੇ ਵੀ ਕਿੰਨੀ ਦੂਰ ਸੀ ਇਹ ਮਤਲਬ ਇੱਥੇ ਤੇ ਸਰ 40 ਫੁੱਟ ਇਸ ਲੋਟ ਨੂੰ ਸੀ ਜੀ ਜਿਹੜੀ ਮਤਲਬ 40 50 ਫੁੱਟ ਹਟ ਗਈ ਉਹਦੇ ਵਿੱਚ ਜਿਹੜੀ ਆ ਸ਼ੈੱਡ 150 ਫੁੱਟ ਤੂੜੀ ਦਾ ਭਰਿਆ ਸੀ ਉਹ ਤੂੜੀ ਇੱਥੋਂ ਸੱਤ ਲੋਦ ਤੱਕ ਅਜੇ ਵੀ ਖਿਲਰੀ ਪਈ ਹੋਈ ਹੈਗਾ ਹਾਂ ਇੱਕ ਇਧਰ ਨੂੰ ਸ਼ੈੱਡ ਫਿਰ ਇਧਰ ਨੂੰ ਖੜੇ ਆ ਇਧਰ ਨੂੰ ਖੜੇ ਇਹ ਹਾਂਜੀ ਹਾਂਜੀ ਉਹ ਟੇਕ ਮੈਨੂੰ ਕਹੂੰਗਾ ਵੀ ਦੇਖੋ ਸ਼ੈੱਡ ਦੇ ਜਿਹੜੀਆਂ ਪਾਈਪਾਂ ਐ ਅੱਗੇ ਨੂੰ ਹੋ ਕੇ ਦਿਖਾਉਣ ਪਾਈਪਾਂ ਜਿਹੜੀਆਂ ਹੈਗੀਆਂ ਪਾਣੀ ਦੇ ਵਿੱਚ ਪਈਆਂ ਹੁਣ ਵੀ ਤੇ ਇਹਨਾਂ ਵੱਲੋਂ ਤੁਸੀਂ ਦੇਖ ਸਕਦੇ ਹੋ ਮਲਬਾ ਜਿਹੜਾ ਇਹਨਾਂ ਦੇ ਸ਼ੈੱਡ ਦਾ ਸਾਹਮਣੇ ਦਿਖਾਈ ਦੇ ਰਿਹਾ ਪਾਣੀ ਦੇ ਵਿੱਚ ਤੇ ਆਪਾਂ ਇਹਨਾਂ ਨਾਲ ਹੁਣ ਗੱਲ ਕਰਦੇ ਹਾਂ ਵੀ ਤੁਸੀਂ ਜਿਹੜੀ ਇਹ ਨੁਕਸਾਨ ਹੋਇਆ ਇਹਦੇ ਲਈ ਤੁਸੀਂ ਸਰਕਾਰ ਤੋਂ ਕੀ ਮੰਗਦੇ ਅਸੀਂ ਇਹੀ ਮੰਗ ਚਾਹੁੰਦੇ ਹਾਂ ਵੀ ਸਾਡਾ ਜਿਹੜਾ ਇਹ ਸ਼ੈੱਡ ਹੜ ਗਏ ਬੀ ਇਹ ਛੱਡਾਂ ਦੀ ਸਾਡੀ ਕੋਈ ਮਦਦ ਕਰੀ ਜਾਏ ਤਾਂ ਕਿ ਡੰਗਰ ਜਿਹੜੇ ਸਾਡੀ 200 ਮੈਂ ਹੈ ਸੇ ਉਹਨੂੰ ਅਸੀਂ ਇੱਥੇ ਰੱਖ ਸਕੀਏ ਤੇ ਉਹਨਾਂ ਵਾਸਤੇ ਗਾਂ ਸਰਦੀ ਦਾ ਟਾਈਮ ਆ ਰਿਹਾ ਜਿਹੜੇ ਏਡੇ ਏਡੇ ਵੱਡੇ ਛੱਡ ਜਿਹੜੇ ਐ ਕਿਉਂਕਿ ਸਾਡੀ ਕਮਾਈ ਇਹ ਜੀ ਹੈ ਅਸੀਂ ਜਿੰਨਾ ਕ ਦੁੱਧ ਵੇਚਦੇ ਆ ਉਹਨਾਂ ਨੂੰ ਖਿਲਾ ਦਿੰਨੇ ਆ ਉਸ ਤੋਂ ਬਾਅਦ ਸਾਡੇ ਕੋਲ ਕੋਈ ਏਡੀ ਵੱਡੀ ਕਮਾਈ ਨਹੀਂ ਹੈਗੀ ਕਿ ਅਸੀਂ ਇਹ ਛੱਡ ਮੁੜ ਕੇ ਦੁਬਾਰਾ ਏਡੇ ਏਡੇ ਫੇਰ ਤਿਆਰ ਕਰ ਲਾਂਗੇ ਪਰ ਅਸੀਂ ਸਰਕਾਰ ਮੋਰੇ ਇਹੀ ਅਰਜ਼ ਕਰਦੇ ਆ ਕਿ ਗਰੀਬਾਂ ਦੀ ਮਦਦ ਕਰੀ ਜਾਏ ਸਾਡੇ ਜਿਹੜੇ ਮੈਸਾਂ ਦਾ ਆਣ ਆਲੇ ਸਰਦੀ ਦੇ ਟਾਈਮ ਤੋਂ ਪਹਿਲਾਂ ਸਾਡੇ ਛੱਡਾਂ ਦਾ ਕੋਈ ਪ੍ਰਬੰਧ ਤੇ ਇਹੀ ਸਾਡੀ ਸਭ ਤੋਂ ਵੱਡੀ ਅਸੀਂ ਮਦਦ ਪਾਲਦੇ ਹਾਂ ਸਮਝ ਗਏ ਸਰਕਾਰ ਵੱਲੋਂ ਸਪੈਸ਼ਲ ਗਰਜ਼ੋਰੀਆਂ ਦੇ ਆਦੇਸ਼ ਦਿੱਤੇ ਗਏ ਆ ਤੁਸੀਂ ਪੁਰਾਣੇ ਛੱਡਾਂ ਦੀਆਂ ਫੋਟੋਆਂ ਤੇ ਹੋਣ ਵਾਲੀ ਹਾਲਤ ਦੀਆਂ ਫੋਟੋਆਂ ਤੁਸੀਂ ਐਮਐਲਏ ਸਾਹਿਬ ਨੂੰ ਮਿਲ ਕੇ ਦਿਓ ਜਾਂ ਪ੍ਰਸ਼ਾਸਕ ਅਧਿਕਾਰੀਆਂ ਨੂੰ ਦਿਓ ਤਾਂ ਜੋ ਤੁਹਾਡੀ ਸੁਣਵਾਈ ਹੋ ਚੁੱਕੀ ਤੁਹਾਨੂੰ ਮੁਆਵਜ਼ਾ ਮਿਲ ਸਕੇ ਜੀ ਅਸੀਂ ਦਵਾਂਗੇ ਇਹ ਸਭ ਮਤਲਬ ਕਿ ਕਹਿੰਦਾ ਇਹ ਛੱਡਾਂ ਦੇ ਜਿਹੜੇ ਫੋਟੋ ਹੈ ਜਾਂ ਜੋ ਵੀ ਹੈ ਬਾਕੀ ਵੀਡੀਓ 'ਚ ਵੀ ਦੇਖ ਲੈਣਗੇ ਜੋ ਹੈ ਸਾਡੇ ਕੋਲ ਅਸੀਂ ਦਵਾਂਗੇ ਸਾਡੀ ਤੇ ਹੀ ਰਿਕਵੈਸਟ ਹੈ ਕਿ ਸਾਡੀ ਮਦਦ ਕੀਤੀ ਜਾਏ ਬਾਕੀ ਜਿਹੜੀ ਜ਼ਮੀਨ ਹੈ ਜਿਹੜੇ ਘਰ ਮਕਾਨ ਰਹਿੰਦੇ ਜੇ ਉੱਥੇ ਠੋਕਰ ਲੱਗ ਜਾਂਦੀ ਹੈ ਤਾਂ ਸਾਡੇ ਮਕਾਨ ਵਜ ਜਾਣਗੇ ਤੇ ਨਹੀਂ ਤਾਂ ਇਹ ਮਕਾਨ ਵੀ ਨਹੀਂ ਬਚਨੇ ਕਿਉਂਕਿ ਹੁਣ ਨਦੀ ਦਾ ਜਿਹੜਾ ਰੁਕ ਸਾਰਾ ਇੱਧਰ ਸਾਡੇ ਮਕਾਨਾਂ ਦੇ ਮਲ ਨੂੰ ਹੋ ਜਾਵਾ ਆਣ ਵਾਲੇ ਟਾਈਮ 'ਚ ਜੇ ਠੋਕਰ ਲੱਗੀ ਠੀਕ ਹੈ ਨਹੀਂ ਤਾਂ ਇਹ ਵੀ ਜਾਂਦੇ ਲੱਗਣੇ ਮਕਾਨ ਜਿਹੜੇ ਨੇ ਇਹ ਸਨ ਤੇ ਮੈਂ ਇਹਨਾਂ ਨੂੰ ਹੋਰ ਵੀ ਭਰਾ ਕਹਿੰਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਕਿੰਨੇ ਤੁਸੀਂ ਇਹਨਾਂ ਦੇ بڑے ਭਰਾਏ ਕੀ ਕਹਿਣਾ ਚਾਹੁੰਦੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਭਾਈ ਮੈਂ ਕਹਾਂ ਵੀ ਜੇ ਇੱਥੇ ਕੋਈ ਬੰਨ ਬੁੰਨ ਲੱਗ ਜਾਏ ਤਾਂ ਠੀਕ ਹੈ ਵੀ ਮਕਾਨ ਰਹਿੰਦੇ ਰਾਏ ਜਿਹੜੇ ਹੈਗੇ ਇਹਨਾਂ ਨੂੰ ਖਤਰਾ ਬਰਸਾਤ ਪੈਣੀ ਹੈਗਾ ਹਾਂ ਤੇ ਦੂਈ ਵਾਰੀ ਨਦੀ ਆਈ ਤੇ ਮਕਾਨ ਵਗੇਰ ਜਾਣੇ ਆ ਹਾਂ ਤੇ ਇਹਦੇ ਵਾਸਤੇ ਕੋਈ ਤਿਆਰੀ ਕਰੋ ਬੰਨ ਬੁੰਨ ਦੀ ਜੀ ਇਹ ਕਹਿਣਾ ਚਾਹੁੰਦੇ ਆ ਠੀਕ ਆ ਇਹ ਸਨ ਗੁੱਜਰ ਬਰਾਦੀ ਦੇ ਭਰਾ ਜਿਨ੍ਹਾਂ ਵੱਲੋਂ ਮੰਗ ਕੀਤੀ ਗਈ ਹੈ ਸਰਕਾਰ ਤੋਂ ਕਿ ਉਹਨਾਂ ਦਾ ਜਿਹੜਾ ਨੁਕਸਾਨ ਹੋ ਚੁੱਕਿਆ ਉਹ ਤਾਂ ਹੋ ਚੁੱਕਿਆ ਪਰੰਤੂ ਅੱਗੇ ਨੂੰ ਇਹਨਾਂ ਦਾ ਪਰਿਵਾਰ ਦੇ ਜਿਹੜੇ ਬੱਚੇ ਰਹਿ ਰਹੇ ਆ ਕਿਤੇ ਉਹ ਮਕਾਨ ਵੀ ਡਿੱਗ ਨਾ ਜਾਣ ਉਹਨਾਂ ਨੂੰ ਬਚਾਉਣ ਦੇ ਲਈ ਪ੍ਰੋਪਰ ਤੌਰ ਤੇ ਇੱਥੇ ਠੋਕਰ ਲਗਾ ਕੇ ਠੋਕਰ ਲਗਾ ਕੇ ਧੋਖਾ ਲਗਾ ਕੇ ਇਸ ਨੂੰ ਬੰਨ ਨੂੰ ਪੱਕਾ ਕੀਤਾ ਜਾਵੇ ਤਾਂ ਜੋ ਇਹਨਾਂ ਦੇ ਮਕਾਨ ਨਾ ਹਟ ਸਕਣ ਤੇ ਇਹਨਾਂ ਵੱਲੋਂ ਆਪਣਾ ਨੁਕਸਾਨ ਦਿਖਾ ਦਿੱਤਾ ਗਿਆ ਤੇ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਉਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤੇ ਇਹਨਾਂ ਦੇ ਸ਼ੈੱਡ ਦੁਆਰਾ ਪੈ ਸਕਣ ਤੇ ਸਰਦੀਆਂ ਤੋਂ ਪਹਿਲਾਂ-ਪਹਿਲਾਂ ਇਹਨਾਂ ਦੀਆਂ ਮੱਜਾਂ ਠੰਡ ਦੀ ਮਾਰ ਤੋਂ ਬਚਖਣ ਲਈ ਤੁਹਾਨੂੰ ਪਤਾ ਹੀ ਹੈ ਵੀ ਇਹ ਦਰਿਆ ਦੇ ਕੰਢੇ ਰਹਿੰਦੇ ਆ ਤੇ ਪਾਣੀ ਦੀ ਜਿਹੜੀ ਇੱਥੇ ਵਹ ਹਰ ਸਮੇਂ ਰਹਿੰਦਾ ਜਿਸ ਦੇ ਨਾਲ ਠੰਡ ਵੀ ਜ਼ਿਆਦਾ ਪੈਂਦੀ ਹੈ ਤੇ ਇਹਨਾਂ ਵੱਲੋਂ ਮੰਗ ਹੈ ਕਿ ਇਹਨਾਂ ਦਾ ਜਿਹੜਾ ਮੁਆਵਜ਼ਾ ਬਣਦਾ ਸਰਕਾਰ ਵੱਲੋਂ ਦੇ ਕੇ ਇਹਨਾਂ ਦੇ ਨੁਕਸਾਨ ਦੀ ਪਰਵਾਹੀ ਕੀਤੀ ਜਾਵੇ ਚਮਕੌਰ ਸਾਹਿਬ ਤੋਂ ਇਕਬਾਲ ਸਿੰਘ